ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਭਾਣਾ, ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ। ਫਰੀਦਕੋਟ ਤੋਂ ਵਾਇਆ ਚਹਿਲ ਹੋ ਕੇ ਚਹਿਲ ਪਿੰਡ ਦੇ ਵਿੱਚ ਦੀ ਸੜਕ ਸਿੱਧੀ ਭਾਣੇ ਆਉਂਦੀ ਹੈ। ਇਦੋਂ ਬਾਅਦ 'ਚ ਇਹਦੇ ਨਾਲ ਪਿੰਡ ਚਮੇਲੀ ਅਤੇ ਕੋਟ ਸੁਖੀਆ ਇਸੇ ਸੜਕ 'ਤੇ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ ਹੋਰੀ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ। ਕੁਛ ਕੁ ਨਾਗ ਘਰੇ ਤੁਸੀਂ ਦੇਖੋਗੇ ਜਿਹੜੇ ਰੱਖੇ ਹੋਏ ਆ। ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਮੱਝ ਇਹ ਝੋਟੀ ਵਿਕਾਊ ਕੀਤੀ ਹੈ। ਬੜੀ ਭਾਰੀ ਝੋਟੀ ਆ, ਦੱਸੋ ਹਾਈਟ ਲੈਂਥ ਦਾ ਅੰਦਾਜ਼ਾ ਤੁਸੀਂ ਖੁਰਨੀ ਤੋਂ ਵੀ ਲਾ ਸਕਦੇ ਹੋ। ਸੋਹਣੀ ਹਾਈਟ ਹੈ ਅਤੇ ਲਵਾਈ ਤੁਹਾਡੇ ਸਾਹਮਣੇ ਆ, ਸਮੀ ਬਹੁਤ ਹੈ। ਅਤੇ ਦੂਜੀ ਗੱਲ, ਜਿਹੜਾ ਢਾਂਚਾ ਚੌੜਾ, ਉਹਦੇ ਨਾਲ ਨਾਲ ਹਵਾਨਾ ਵੀ ਇਹਨੇ ਸੋਹਣਾ ਤਿਆਰ ਕੀਤਾ ਹੋਇਆ। ਦਿਨ ਹਜੇ ਹਾਲਾਂਕਿ ਇਹ ਲੈਂਦੀ ਹੈ, ਸੋ ਇਹ ਸਾਈਡ ਨੂੰ ਜਾਊਗੀ ਤਾਂ ਤੁਸੀਂ ਹਵਾਨਾ ਦੇਖ ਲਓ। ਬਾਕੀ ਇਹਨੂੰ ਆਪਾਂ ਤੋਰਾਂਗੇ, ਉਦੋਂ ਵੀ ਹਵਾਨਾ ਇਹਨੇ ਦਿਖਾ ਲੈਣਾ ਆਪਦਾ ਵਧੀਆ ਤਰੀਕੇ ਨਾਲ। ਸੋ ਬਾਕੀ ਵਜ਼ਨ ਇਹਦਾ ਤੁਸੀਂ ਦੇਖ ਸਕਦੇ ਹੋ, ਚੰਗੀ ਸਮੀ ਵੀ। ਆਓ ਬਾਈ ਤੋਂ ਜਾਣਕਾਰੀ ਲਈਏ, ਜਿਹਨੇ ਖਰੀਦਣੀ ਹੋਈ ਉਹ ਵੀਰ ਤਸੱਲੀ ਕਰ ਸਕਦਾ। ਸੌਦਾ ਤੁਸੀਂ ਕਰੋਗੇ ਸਿੱਧਾ ਮਾਲਕ ਨਾਲ ਹੋਊਗਾ। ਵੀਡੀਓ ਦੇ ਵਿੱਚ ਨੰਬਰ ਸਿੱਧਾ ਬਾਈ ਦਾ ਹੀ ਲਾਵਾਂਗੇ ਆਪਾਂ, ਆਓ ਡਿਟੇਲ ਪੁੱਛ ਕੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸੋ ਵੀਰ ਆਪਣਾ। ਮੇਰਾ ਨਾਮ ਬਾਈ ਜੀ ਮਨਦੀਪ ਸਿੰਘ ਆ, ਸਾਨੂੰ ਪ੍ਰੀਤਮ ਸਿੰਘ, ਪਿੰਡ ਭਾਣਾ ਦਾ। ਠੀਕ ਹੈ ਮਨਦੀਪ ਬਾਈ, ਅੱਜ ਇੱਕ ਆਪਾਂ ਇਹ ਝੋਟੀ ਵੇਚਣ ਲੱਗੇ ਹਾਂ, ਘਰ ਦੀ ਆਪਣੇ ਇਹ? ਹਾਂਜੀ ਹਾਂਜੀ ਬਾਈ ਜੀ। ਕਿੰਨਵਾਂ ਸੂਆ ਸੂਗੀ? ਪਹਿਲਾ ਸੂਆ ਬਾਈ ਜੀ। ਪਹਿਲਾ ਸੂਆ ਸੂਗੀ ਇਹ? ਦਿਨ ਅੰਦਾਜ਼ਾ ਕਿੰਨੇ ਕੁ ਲੈ ਸਕਦੀ ਹੈ? ਦਿਨ ਬਾਈ ਸਾਡੇ ਹਿਸਾਬ ਨਾਲ ਤਾਂ ਅੱਜ ਦੇ ਪੂਰੇ ਆ ਜੀ। ਦਿਨ ਅੱਜ ਪੂਰੇ ਹੋ ਗਏ, ਉੱਤੇ ਜਿਹੜੇ ਲਾਊਗੇ ਉਹ ਵੱਖ ਆ, ਹੈ ਨਾ? ਠੀਕ ਹੈ, ਕੀ ਡਿਮਾਂਡ ਰੱਖਦੇ ਹੋ, ਰੇਟ ਕੀ ਰੱਖਦੇ ਹੋ? ਰੇਟ ਬਾਈ ਜੀ ਆਪਾਂ ਫੋਨ 'ਤੇ ਕਰਨਾ। ਰੇਟ ਫੋਨ 'ਤੇ ਹੋ ਜੂਗਾ, ਠੀਕ ਹੈ। ਸੋ ਦੋਸਤੋ, ਰੇਟ ਫੋਨ 'ਤੇ ਹੈ, ਸੂਆ ਪਹਿਲਾ, ਦਿਨ ਪੂਰੇ ਹੈ, ਉੱਤੇ ਲਊਗੀ ਜਿਹੜੇ ਲਊਗੀ। ਵੈਸੇ ਗਰਮੀ ਦੀ ਰੁੱਤ ਤਾਂ ਹੋ ਸਕਦਾ ਦੋ ਚਾਰ ਦਿਨ ਲੈ ਵੀ ਜਾਵੇ, ਅਤੇ ਬਾਕੀ ਪਹਿਲਾਂ ਵੀ ਪਸ਼ੂ ਸੂ ਸਕਦਾ ਹੁੰਦਾ, ਪਰ ਜਦੋਂ ਸੂਗੀ ਜਿਹੜੀ ਢਿੱਲ ਹਵਾਨੇ 'ਚ ਦਿਸਦੀ ਹੈ ਸਾਰੀ ਭਰ ਜੂਗੀ। ਵਜ਼ਨ ਬਾਰੇ ਮੈਂ ਪਹਿਲਾਂ ਹੀ ਦੱਸਿਆ ਵੀ ਵੇਟ ਮੱਝ ਦਾ ਕਾਫੀ ਚੰਗਾ ਇਹਦਾ। ਸੋ ਦੱਸੋ, ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ, ਇਹਦਾ ਹੁਣ ਜਿਹੜਾ ਵਜ਼ਨ ਫੇਰ ਮੱਝ ਦਾ ਦੇਖ ਲਓ ਤੁਸੀਂ। ਬੱਚੇ ਸਕੂਲ ਜਾਣ ਵਾਸਤੇ ਤਿਆਰ ਆ, ਅਤੇ ਸ਼ੌਂਕ ਬਾਈ ਕਹਿੰਦਾ ਬੱਚਿਆਂ ਨੂੰ ਬਹੁਤ ਆ ਪਸ਼ੂਆਂ ਦਾ, ਵੀਡੀਓ 'ਚ ਤੁਹਾਨੂੰ ਦਿਖਾਊਂਗਾ ਬੱਚੇ ਵੀ ਬਾਈ ਦੇ। ਸੋ ਇਹ ਦੱਸੋ ਮੱਝ, ਇਹ ਝੋਟੀ ਜਿਹੜੀ ਅੱਜ ਤੁਹਾਨੂੰ ਦਿਖਾਉਣੀ ਸੀਗੀ, ਸੂਆ ਪਹਿਲਾਂ ਸੂ ਰਹੀ ਹੈ, ਆ ਕੇ ਜ਼ਰੂਰ ਦੇਖਿਓ। ਮਨਦੀਪ ਬਾਈ, ਅੱਗੇ ਜਿਹੜਾ ਹੋਰ ਕਢਾ ਦਿਆਂਗੇ ਆਪਾਂ ਕਮਾਲੀ। ਸੋ ਹਵਾਨੇ ਦਾ ਰੁੱਖ ਦੱਸੋ, ਇਹਦਾ ਕਲੀਅਰ ਸਮਝ 'ਚ ਆਉਂਦਾ ਹੁਣ ਆਪਾਂ ਨੂੰ ਜਦੋਂ ਤੁਰਦੀ ਹੈ ਉਦੋਂ। ਥਣ ਜਿਹੜੇ ਉਹਨਾਂ 'ਚ ਹਜੇ ਬਹੁਤਾ ਪਸਮਾਰ ਨਹੀਂ ਕੀਤਾ, ਕਿਉਂਕਿ ਦਿਨ ਪਸ਼ੂ ਕਈ ਵਾਰਾਂ ਲੈ ਜਾਂਦਾ, ਜਾਂ ਜਦੋਂ ਇਹ ਸੌਣ ਲੱਗੂਗੀ ਉਦੋਂ ਇਹਨੇ ਜਿਹੜਾ ਉਹ ਹਵਾ ਥਣਾਂ ਦੇ ਵਿੱਚ ਪੂਰਾ ਜੋਸ਼ ਪਾਉਣਾ। ਬਾਕੀ ਜਿਹੜਾ ਰੁੱਖ ਹੈ ਉਹ ਤੁਸੀਂ ਵੀਡੀਓ 'ਚੋਂ ਦੇਖ ਹੀ ਲਿਆ, ਥਣਾਂ ਦਾ ਕਿਸ ਟਾਈਪ ਦਾ ਹੈਗਾ। ਸੋ ਇਹ ਤੁਸੀਂ ਮੱਝ ਦੇਖ ਸਕਦੇ ਹੋ ਜਿਹੜੀ ਵਿਕਾਊ ਬਾਈ ਨੇ ਕੀਤੀ ਹੈ, ਪਹਿਲਾ ਸੂਆ ਇਹ ਝੋਟੀ ਅੱਜ ਦੀ ਵੀਡੀਓ 'ਚ ਜਿਹੜੀ ਵਿਕਰੀ ਵਾਸਤੇ ਸੀਗੀ। ਹਵਾਨਾ ਫਿਰ ਇੱਥੋਂ ਤੁਸੀਂ ਦੇਖ ਲਓ, ਇੱਦਾਂ ਦਾ ਰੁੱਖ ਹੈ ਬਾਈ। ਪੂਛ ਫੜੀ ਮੰਦੀ ਬਾਈ, ਪਹਿਲਾਂ ਪਿੰਡੇ 'ਤੇ ਹੱਥ ਜਿਹਾ ਮਾਰਦੀ ਮਾੜਾ ਜਿਹਾ। ਸੋ ਹੁਣ ਫਿਰ ਹਵਾਨਾ ਦੇਖ ਲਓ, ਪੂਰਾ ਹੀ ਢਿੱਲਾ ਹਵਾਨਾ ਦੱਸੋ, ਇੱਥੋਂ ਦੇਖ ਸਕਦੇ ਹੋ ਇਹ ਰੁੱਖ ਹੈ ਇਹਦੇ ਹਵਾਨੇ ਦਾ। ਹਜੇ ਸਪੇਸ ਕਾਫੀ ਪਈ, ਛੱਡ ਦੇ ਬਾਈ। ਸੋ ਇਹ ਦੱਸੋ, ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾਗ ਤੁਹਾਨੂੰ ਦਿਖਾਉਣਾ ਸੀਗਾ, ਬਾਕੀ ਸਿੰਘ ਜਿਹੜੇ ਉਹ ਤੁਹਾਨੂੰ ਜ਼ਰੂਰ ਨੇੜੇ ਤੋਂ ਦਿਖਾ ਦੇਣਾ। ਵੈਸੇ ਤਾਂ ਸਿੰਘ ਜਿਹੜਾ ਉਹ ਐਂਡ ਵਾਲਾ ਪਾਰਟ ਤਾਂ ਮੁੜਿਆ, ਬਾਕੀ ਇਹਦੀ ਬਾਡੀ ਦੇ ਹਿਸਾਬ 'ਤੇ ਜੱਚਦਾ ਸਿੰਘ। ਸੋ ਅੱਜ ਦੀ ਵੀਡੀਓ ਦਾ ਇੱਕ ਨਾਗ ਸੀ, ਧੰਨਵਾਦ।